ਮੈਂ ਜੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਇਹ ਬਾਜ਼ਾਰ ਹੈ ਠਠਿਆਰਾਂ ਵਾਲਾ। ਇੱਥੇ ਬਹੁਤ ਹੀ ਇੱਕ ਪੁਰਾਣੀ ਜਿੱਦਾਂ ਦੁਕਾਨ ਹੈਗੀ ਆ ਜੰਡਿਆਲੇ ਸ਼ਹਿਰ ਦੇ ਵਿੱਚ। ਜੰਡਿਆਲੇ ਸ਼ਹਿਰ ਦੇ ਨਾਲ ਜਿੰਨਾ ਵੀ ਬੰਦਿਆਂ ਦਾ ਵਾਹ ਵਾਸਤਾ ਰਿਹਾ ਉਹਨਾਂ ਨੂੰ ਪਤਾ ਹੀ ਹੈ, ਬਹੁਤ ਮਸ਼ਹੂਰ ਅਤੇ ਬਹੁਤ ਪੁਰਾਣੀ ਦੁਕਾਨ ਹੈ ਰਘਵੀਰ ਟੀ ਸਟਾਲ। ਉੱਥੇ ਵੇਖਦੇ ਹਾਂ ਜਾ ਕੇ ਕੀ ਹੋਣ ਡਿਆ, ਕੀ ਕਰਦੇ ਪਏ, ਕਿੱਦਾਂ ਦਾ ਮਾਹੌਲ ਚੱਲ ਰਿਹਾ। ਗਰਮੀ ਬਹੁਤ ਜ਼ਿਆਦਾ ਹੈ, ਧੁੱਪ ਧੁੱਪੇ ਹੀ ਜਾਣ ਡਿਆ। ਪਹੁੰਚ ਗਏ ਰਘਵੀਰ ਰਘਵੀਰ ਸਿੰਘ ਐਂਡ ਸੰਸ ਦੇ ਉੱਤੇ। ਸਮੈਲ ਬਾਜ਼ਾਰ ਦੇ ਵਿੱਚੋਂ ਹੀ ਆਉਣੀ ਸ਼ੁਰੂ ਹੋ ਜਾਂਦੀ ਆ, ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਖਾਣੇ ਪਾਣੇ ਦੀ। ਬਾਕੀ ਤੁਹਾਨੂੰ ਵਿਖਾਉਂਦੇ ਹਾਂ ਕੀ ਕੁਛ ਚੱਲ ਰਿਹਾ। ਆ ਲੱਸੀ ਦੇ ਗਲਾਸ ਵੱਡੇ ਵੱਡੇ ਰੱਖੇ ਆ। ਆਹ ਇੱਧਰ ਨਹੀਂ ਵਿਖਾਇਆ ਕਰੇ, ਦੋਸਤੋ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਆਪਾਂ ਰਘਵੀਰ ਐਂਡ ਸੰਸ ਦੇ ਉੱਤੇ ਪਹੁੰਚ ਚੁੱਕੇ ਹਾਂ ਅਤੇ ਤੁਹਾਨੂੰ ਦੱਸਿਆ ਕਿ ਕਾਫ਼ੀ ਪੁਰਾਣਾ ਹੀ ਆ, ਮਤਲਬ ਸਾਡੇ ਦੇ ਜਨਮ ਤੋਂ ਪਹਿਲਾਂ ਦਾ ਹੀ ਅਸੀਂ ਵੇਖਣ ਡਿਆ ਜੰਡਿਆਲੇ ਸ਼ਹਿਰ ਦੇ ਵਿੱਚ। ਬਾਕੀ ਇਹਨਾਂ ਤੋਂ ਭਾਅ ਜੀ ਹੋਣਾਂ ਤੋਂ ਪੁੱਛਦੇ ਹਾਂ ਕਿ ਕਦੋਂ ਤੋਂ ਮਤਲਬ ਇਹ ਕੰਮ ਸ਼ੁਰੂ ਕੀਤਾ ਵਾ ਇਹਨਾਂ ਨੇ ਅਤੇ ਕਿੱਦਾਂ ਕਿੱਦਾਂ ਚੱਲ ਰਿਹਾ ਉਹ ਦੱਸੋ। ਇਹ ਜੀ ਕੰਮ ਸ਼ੁਰੂ ਕੀਤੇ ਸਾਨੂੰ 28 ਸਾਲ ਹੋ ਗਏ ਜੀ, 28 ਸਾਲ। ਅਤੇ ਉਸ ਤੋਂ ਸਭ ਕੁਛ ਇੱਦਾਂ ਚੱਲ ਰਿਹਾ ਵਧੀਆ ਵਧੀਆ। ਪਹਿਲਾਂ 28 ਸਾਲ ਪਹਿਲਾਂ ਕਿਸੇ ਸ਼ੌਪ ਕਰੀ ਕੰਮ ਕਰ ਕੀਤਾ ਸੀ ਅਸੀਂ, ਕਿਸੇ ਸ਼ੌਪ ਕਰੀ 4 ਫੁੱਟ ਦਾ ਟੇਬਲ ਲਾ ਕੇ ਟੇਬਲ ਲੱਗਾ ਅਤੇ ਅਸੀਂ ਕੰਮ ਕੀਤਾ ਸੀ, ਮੈਂ ਅਤੇ ਮੇਰੇ ਫਾਦਰ ਸਾਹਿਬ ਨੇ। ਹਾਂਜੀ, ਅਸਾਂ ਦੋਵਾਂ ਜਣੇ ਨੇ। ਉਸ ਤੋਂ ਬਾਅਦ ਹੌਲੀ ਹੌਲੀ ਫਿਰ ਸਿੰਗਲ ਸ਼ੌਪ ਲਈ ਅਸੀਂ। ਹਾਂਜੀ, ਅਤੇ ਉਦੋਂ ਬਾਅਦ ਫਿਰ ਇਹ ਸ਼ੌਪ ਲਈ, ਫਿਰ ਇਹ ਲਈ। ਹਾਂਜੀ, ਬਾਬਾ ਜੀ ਦੀ ਕਿਰਪਾ ਸੀ ਪੂਰੀ, ਸਾਰਾ ਸਮਾਨ ਬਹੁਤ ਹਾਈ ਫਾਈ ਬਣਦਾ। ਹਾਂਜੀ, ਕਾਫੀ ਨਾਮ ਹੈ ਸ਼ਹਿਰ ਦੇ ਵਿੱਚ, ਬਹੁਤ ਕਸਟਮਰ ਆ ਰਿਹਾ ਅਤੇ ਸਭ ਚੀਜ਼ਾਂ ਪਿਓਰਟੀ ਵਾਲੀਆਂ ਬਣਦੀਆਂ ਪਈਆਂ। ਦੋਸਤੋ ਸਵਾਦ ਦੀ ਤੁਸੀਂ ਗੱਲ ਜਿਹੜੀ ਕਰੋਗੇ ਨਾ, ਜਿਹੜਾ ਵੀ ਬੰਦੇ ਦਾ ਜੰਡਿਆਲੇ ਸ਼ਹਿਰ ਦੇ ਨਾਲ ਕੋਈ ਵਾਸਤਾ ਰਿਹਾ ਵਾ ਉਹ ਇਹਨਾਂ ਨੂੰ ਜ਼ਰੂਰ ਜਾਣਦਾ ਵਾ, ਕਿਉਂਕਿ ਉਹ ਬੰਦਾ ਇੱਥੇ ਆਇਆ ਹੀ ਆਇਆ ਵਾ। ਹਰ ਇੱਕ ਬੰਦਾ ਜਿਹੜਾ ਜੰਡਿਆਲੇ ਸ਼ਹਿਰ ਦੇ ਵਿੱਚ ਆਉਂਦਾ ਵਾ ਉਹ ਇਹਨਾਂ ਦੇ ਕੋਲ ਆਉਂਦਾ ਹੀ ਆਉਂਦਾ ਵਾ। ਸਵਾਦ ਇਹਨਾਂ ਦਾ ਇਸ ਤਰ੍ਹਾਂ ਦਾ ਵਾ ਕਿ ਤੁਸੀਂ ਬਾਜ਼ਾਰ ਦੇ ਵਿੱਚ ਵੜੋਗੇ ਤਾਂ ਤੁਹਾਨੂੰ ਸਮੈਲ ਆਉਣ ਡਿਆ ਪਊਗੀ ਦੂਰੋਂ ਹੀ, ਕਿ ਉਹਨਾਂ ਦੀ ਦੁਕਾਨ ਤੋਂ ਸਮੈਲ ਆਉਣ ਡਈ ਹੈ ਅਤੇ ਲੋਕ ਇੱਧਰ ਨੂੰ ਆਪੇ ਖਿੱਚੇ ਆਉਂਦੇ ਆ। ਅਸੀਂ ਤਾਂ ਬਚਪਨ ਤੋਂ ਹੀ ਵੇਖਣੇ ਹਾਂ, ਮਤਲਬ ਸਾਡਾ ਆਪਣਾ ਸ਼ਹਿਰ ਆ, ਇਹਨਾਂ ਨੂੰ ਵੀ ਸਾਨੂੰ ਨਿੱਕੇ ਛੋਟੇ ਹੁੰਦਿਆਂ ਨੂੰ ਵੇਖਿਆ ਵਾ ਅਤੇ ਅੱਜ ਸਾਡੀ ਇਹੋ ਕੋਸ਼ਿਸ਼ ਸੀ ਕਿ ਤੁਹਾਡੇ ਤੱਕ ਇਹਨਾਂ ਦਾ ਜਿਹੜਾ ਜਾਇਕਾ ਵਾ ਇੱਥੇ ਬਣ ਰਿਹਾ ਵਾ, ਜਿਹੜਾ ਇੱਕ ਛੋਟਾ ਜਿਹਾ ਸ਼ਹਿਰ ਹੈ ਜੰਡਿਆਲਾ ਗੁਰੂ, ਇਹਦੇ ਵਿੱਚ ਮਤਲਬ ਇੰਨਾ ਵਧੀਆ ਬਣ ਰਿਹਾ ਵਾ ਸਾਰਾ ਕੁਝ ਖਾਣਾ ਪੀਣਾ, ਉਹ ਤੁਹਾਡੇ ਤੱਕ ਪਹੁੰਚਾਇਆ ਜਾਵੇ। ਇਹ ਕਰਕੇ ਅੱਜ ਇੱਥੇ ਆਉਣ ਦਾ ਮਕਸਦ ਇੰਨਾ ਹੀ ਕਿ ਬਹੁਤ ਯੂਨੀਕ ਜਗ੍ਹਾ ਵਾ, ਬਹੁਤ ਵਧੀਆ, ਸਾਡੀ ਫੇਵਰੇਟ ਜਗ੍ਹਾ ਦੇ ਵਿੱਚੋਂ ਜਗ੍ਹਾ ਵਾ ਇਹ। ਅਸੀਂ ਇੱਥੇ ਆਉਣੇ ਹੀ ਆਉਣੇ ਹਾਂ, ਜਦੋਂ ਜੰਡਿਆਲੇ ਆਈਏ ਇਹਨਾਂ ਦੇ ਕੋਲ ਆਈਦਾ ਆਈਦਾ। ਹੋਰ ਸਾਰਾ ਕੁਛ ਕਹਿਣਾ ਚਾਹੁੰਦੇ? ਬਾਕੀ ਜੋ ਕੁਛ ਵੀ ਆ, ਹਰ ਇੱਕ ਦੁਕਾਨਦਾਰ ਦਾ ਜੋ ਵੀ ਸਾਡੇ ਨਾਲ ਜੁੜੇ ਹੋਏ ਆ, ਖਾਣ ਪੀਣ ਦਾ ਸਮਾਨ ਬਣਾਉਂਦੇ ਆ, ਉਹਨਾਂ ਨੂੰ ਆਪਣੇ ਕਸਟਮਰ ਨੂੰ ਚੰਗਾ ਖਵਾਉਣਾ ਚਾਹੀਦਾ। ਬਿਲਕੁਲ, ਜਿਸ ਤਰ੍ਹਾਂ ਕਿ ਸਾਡੇ ਇੱਥੇ ਮਸਟਰਡ ਆਇਲ ਆ ਜੀ, ਬਿਲਕੁਲ। ਹਾਂਜੀ, ਇਹ ਸਾਰਿਆਂ ਨਾਲੋਂ ਮਹਿੰਗਾ ਆਇਲ ਹੁੰਦਾ, ਬਿਲਕੁਲ। ਇਹ ਅਸੀਂ ਵਰਤ ਰਹੇ ਹਾਂ, ਹੁਣ ਦੇ ਮਾਹੌਲ ਦੇ ਮੁਤਾਬਕ ਕਈ ਕੁਝ ਆ ਗਿਆ ਜਿਹਨੂੰ ਆਪਾਂ ਨਕਲੀ ਕਹਿ ਲੈਂਦੇ ਹਾਂ, ਉਹ ਖਵਾ ਰਹੇ ਨੇ। ਨਕਲੀ ਦੁੱਧ ਆ ਗਿਆ, ਨਕਲੀ ਖੋਇਆ, ਹਰ ਇੱਕ ਚੀਜ਼ ਨਕਲੀ। ਸਾਡੇ ਕੋਲ 600 ਲੀਟਰ ਦੁੱਧ ਆਉਂਦਾ ਜੀ, 6 ਤੋਂ ਲੈ ਕੇ 650 ਲੀਟਰ, ਉਹਦੇ ਸਾਰੇ ਪ੍ਰੋਡਕਟ ਸਾਡੇ ਤਿਆਰ ਹੁੰਦੇ ਆ। ਦਹੀਂ ਬਣਦੀ ਹੈ, ਪਨੀਰ, ਲੱਸੀ, ਮਿਲਕ ਸ਼ੇਕ, ਕੁਲਫੀ, ਆਈਸਕ੍ਰੀਮ, ਖੋਇਆ, ਗੁਲਾਬ ਜਾਮੁਨ ਬਣਦਾ, ਸਪੈਸ਼ਲੀ ਸਾਰਾ ਕੁਝ ਪਿਓਰ ਕੁਆਲਿਟੀ, ਸਭ ਪਿਓਰਟੀ ਵਾਲਾ ਬਣਦਾ। ਬਿਲਕੁਲ, ਅਤੇ ਉਹਦੀ ਕਰਕੇ ਅੱਜ ਬਾਬਾ ਜੀ ਦੀ ਕਿਰਪਾ ਵਾ, ਅੱਜ ਉਹਨਾਂ ਦੀ ਕਿਰਪਾ ਦੇ ਨਾਲ ਹੀ ਮੇਰਾ ਆਸਟ੍ਰੇਲੀਆ, USA, ਕੈਨੇਡਾ ਵਿੱਚ ਕੰਮ। ਹਾਂਜੀ, ਦੋ ਮੁਲਕ ਹੀ ਮੇਰੇ ਟਾਲੇ ਚੱਲ ਰਹੇ, ਕੈਨੇਡਾ, ਅਮੈਰੀਕਾ ਦਾ ਮੇਰੇ ਕੋਲ ਪਰਮਿਟ ਆ ਦੀ ਉੱਧਰ ਦਾ। ਹਾਂਜੀ, ਬਾਬਾ ਜੀ ਦੀ ਕਿਰਪਾ ਵਾ, ਛੋਟਾ ਭਾਈ ਉੱਥੇ ਹੁੰਦਾ। ਹਾਂਜੀ, ਬੇਟਾ ਮੇਰਾ ਕੈਨੇਡਾ ਹੁੰਦਾ, ਉਹ ਆਇਆ ਹੋਇਆ, ਅਤੇ ਬਾਕੀ ਬੇਟੀ ਆਸਟ੍ਰੇਲੀਆ ਵਾ, ਉੱਥੋਂ ਦਾ ਕਾਰੋਬਾਰ ਉਹ ਦੇਖ ਰਹੀ ਹੈ। ਅਤੇ ਬਾਕੀ ਅਸੀਂ ਆਪਣੀ ਲਾਈਫ ਦੇ ਵਿੱਚ
ਓਨਲੀ 400 ਰੁਪਇਆ ਲੈ ਕੇ ਕਿਸੇ ਰਿਸ਼ਤੇਦਾਰ ਕੋਲੋਂ ਅੱਜ ਤੋਂ 28 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਹੈ। ਹਾਂਜੀ, ਅਤੇ ਅੱਜ ਬਾਬਾ ਜੀ ਦੀ ਇੰਨੀ ਕੁ ਕਿਰਪਾ ਵਾ ਵੀ ਅਸੀਂ ਬਿਆਨ ਨਹੀਂ ਕਰ ਸਕਦੇ। ਦੋਸਤੋ, ਇਹ ਗੱਲਾਂ ਦਾ ਮੈਨੂੰ ਨਹੀਂ ਪਤਾ, ਇਹ ਸਾਨੂੰ ਵੀ ਮਤਲਬ ਅੱਜ ਇਹਨਾਂ ਨਾਲ ਗੱਲ ਕੀਤੀ ਆ ਅਤੇ ਪਤਾ ਲੱਗਿਆ ਵਾ ਕਿ ਮਤਲਬ ਇਹਨਾਂ ਨੇ 400 ਰੁਪਇਆ ਕਿਤੇ ਉਧਾਰਾ ਲੈ ਕੇ ਕੰਮ ਸ਼ੁਰੂ ਕੀਤਾ ਸੀ ਅਤੇ ਵੇਖੋ ਬਰਕਤਾਂ ਮਾਲਕ ਨੇ ਲਾਈਆਂ। ਮਿਹਨਤ ਕਰੀਏ ਤਾਂ ਸਾਰਾ ਕੁਛ ਹੋ ਜਾਂਦਾ ਇਮਾਨਦਾਰੀ ਦੇ ਨਾਲ। ਅਸੀਂ ਤਾਂ ਬਸ ਇਹਨਾਂ ਕੋਲ ਆਉਂਦੇ ਹਾਂ, ਖਾ ਕੇ ਚਲ ਜਾਂਦੇ ਹਾਂ। ਸਾਨੂੰ ਵੀ ਵੇਖਦੇ ਸੀ ਬਚਪਨ ਤੋਂ ਹੀ, ਮਤਲਬ ਤੁਰੇ ਆਉਂਦੇ, ਸਾਡਾ ਇੱਕ ਰਿਸ਼ਤਾ ਬਣਿਆ ਵਾ ਇੱਕ ਦੂਜੇ ਦੇ ਨਾਲ ਅਤੇ ਮਤਲਬ ਬਹੁਤ ਹੀ ਵਧੀਆ ਜੋ ਇਹਨਾਂ ਨੇ ਕਿਹਾ ਨਾ, ਵਾਕਿਆ ਪਿਓਰਟੀ ਹੈਗੀ ਇਹਨਾਂ ਦੀ ਚੀਜ਼ ਦੇ ਵਿੱਚ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜੋ ਸਵਾਦ ਇਹਨਾਂ ਦਾ ਸ਼ੁਰੂ ਤੋਂ ਚੱਲਦਾ ਆ ਰਿਹਾ ਨਾ, ਉਹੋ ਹੀ ਚੱਲਦਾ ਆ ਰਿਹਾ ਵਾ। ਮਿਲਾਵਟਖੋਰੀ ਬਹੁਤ ਹੋ ਗਈ ਬਾਜ਼ਾਰ ਦੇ ਵਿੱਚ, ਪਰ ਮਤਲਬ ਇੱਥੇ ਕੁਛ ਨਹੀਂ ਇੱਦਾਂ ਦਾ ਮਿਲਿਆ ਸਾਨੂੰ ਅਜੇ ਤੱਕ ਤਾਂ। ਬਿਲਕੁਲ ਹੈ ਵਧੀਆ, ਜਿੱਦਾਂ ਇਹ ਦੱਸ ਰਿਹਾ ਉੱਦਾਂ ਪਿਓਰ ਹੀ ਚੱਲ ਰਿਹਾ ਸਾਰਾ ਕੁਛ। ਇਹ ਉੱਪਰ ਵੀ ਚੱਲਦੇ ਆ ਸਾਡੇ ਬੰਦੇ ਲੱਗੇ ਕੰਮ ਕਰਨ ਨਾਲ, ਸਾਰਾ ਉੱਥੇ ਸਾਫ਼ ਸੁਥਰਾ ਵਾ, ਸਭ ਕੁਛ ਸਾਫ਼ ਸੁਥਰੇ ਬੰਦੇ ਆ। ਮਤਲਬ ਕੋਈ ਮੇਰੇ ਲੇਬਰ ਵੀ ਸਾਡੀ ਕੰਮ ਕਰ ਰਹੀ ਹੈ, ਇਹਨਾਂ ਨੂੰ ਵੀ ਅਸੀਂ ਆਖਿਆ ਬਿਲਕੁਲ ਸਾਫ਼ ਸੁਥਰੇ ਰਹਿਣਾ ਵਾ, ਤਾਂ ਕਿ ਅਸੀਂ ਆਪਣੇ ਕਸਟਮਰ ਨੂੰ ਜਿੰਨਾ ਵੱਧ ਤੋਂ ਵੱਧ ਚੰਗਾ ਖਵਾ ਸਕਦੇ ਹਾਂ। ਹਾਂਜੀ, ਖਵਾਈਏ ਉਹਦੇ ਨਾਲ ਦੇਖ। ਬਾਕੀ ਮੇਰੇ ਕੋਲ 32 ਯਾਨੀ ਕਿ 32 ਪਿੰਡਾਂ ਦਾ ਗਾਹਕ ਆ ਜਿਹੜਾ ਆਪਣੇ ਇਲਾਕੇ ਦਾ ਲੱਗਦਾ। ਬਿਲਕੁਲ ਬਿਲਕੁਲ, 32 ਪਿੰਡ ਦੇ ਕਸਟਮਰ ਸਾਡੇ ਕੋਲ ਆਉਂਦੇ ਆ ਜਿਨ੍ਹਾਂ ਦਾ ਸਾਡੇ 'ਤੇ ਵਿਸ਼ਵਾਸ ਬਣਿਆ ਹੋਇਆ ਅਤੇ ਅਸੀਂ ਵੀ ਅੱਜ ਤੱਕ ਉਸ ਵਿਸ਼ਵਾਸ 'ਤੇ ਖੜ੍ਹੇ ਉਤਰਦੇ ਪਏ। ਬਾਕੀ ਜੇ ਕਹੀਏ ਨਾ ਪੈਸਿਆਂ ਨਾਲ, ਪੈਸੇ ਤਾਂ ਬਾਬਾ ਜੀ ਨੇ ਬਹੁਤ ਦਿੱਤੇ ਹੁਣ, ਜਦੋਂ ਨਹੀਂ ਸੀ ਉਦੋਂ ਵੀ ਬਿਲਕੁਲ ਪਿਓਰਟੀ ਨਾਲ ਹੀ ਕੰਮ ਸ਼ੁਰੂ ਕੀਤਾ ਸੀ ਅਤੇ ਉਦੋਂ ਵੀ ਇਹੋ ਸੋਚਿਆ ਸੀ ਵੀ ਆਉਣ ਵਾਲੇ ਸਮੇਂ 'ਚ ਵੀ ਪਿਓਰਟੀ ਦੇਣੀ। ਸੋ ਅਸੀਂ ਹੁਣ ਇਹਨਾਂ ਦਾ ਜਿੱਦਾਂ ਕੁਲਫਾ ਟਰਾਈ ਕੀਤਾ, ਬਹੁਤ ਹੀ ਵਧੀਆ ਵਾ। ਜਿੱਦਾਂ ਸਾਰੀਆਂ ਚੀਜ਼ਾਂ ਇੱਥੇ ਸਾਰੀਆਂ ਟੇਸਟੀ ਆ, ਪਰ ਸਰ ਐਜ਼ ਏ ਓਨਰ ਤੁਹਾਡੇ ਕੋਲ ਮੈਂ ਇੱਕ ਗੱਲ ਪੁੱਛਾਂ, ਚੀਜ਼ਾਂ ਤਾਂ ਨਹੀਂ ਸਾਰੀਆਂ ਟੇਸਟੀ ਆ, ਬਹੁਤ ਟੇਸਟੀ, ਪਰ ਫਿਰ ਵੀ ਤੁਹਾਨੂੰ ਮੋਸਟ ਸੇਲਿੰਗ ਕਿਹੜੀ ਆਈਟਮ ਲੱਗਦੀ ਹੈ ਸਾਰੀਆਂ ਚੀਜ਼ਾਂ ਦੇ ਵਿੱਚ? ਕਿਉਂਕਿ ਵੇਖਦਾ ਤਾਂ ਚਲੋ ਸਾਰਾ ਕੁਝ ਹੀ ਆ ਤੁਹਾਡਾ, ਬਹੁਤ ਮਤਲਬ ਵਧੀਆ ਵਾ, ਪਰ ਤੁਹਾਨੂੰ ਕੀ ਲੱਗਦਾ ਵਾ ਕਿ ਸਭ ਤੋਂ ਮਤਲਬ ਸਪੈਸ਼ਲਿਸਟੀ ਕੀ ਆ ਸਭ ਤੋਂ ਜ਼ਿਆਦਾ? ਮੈਂ ਤੁਹਾਨੂੰ ਦੱਸਾਂ, ਐਕਚੁਲੀ ਗੱਲ ਇਸ ਤਰ੍ਹਾਂ ਵਾ ਵੀ ਸਾਡੇ ਵਾਸਤੇ ਕਸਟਮਰ ਲਈ ਜੋ ਕੁਛ ਵੀ ਬਣਦਾ ਸਭ ਫੇਵਰੇਟ ਹੀ ਬਣਦਾ। ਨਹੀਂ ਨਹੀਂ, ਉਹ ਤਾਂ ਹੈਗਾ, ਹਾਂਜੀ, ਫਿਰ ਵੀ ਕੋਈ ਜੋ ਚੀਜ਼ਾਂ ਹੁੰਦੀਆਂ ਨਾ ਕਿ ਚਾਟ ਜ਼ਿਆਦਾ ਲੱਗਦਾ ਵਾ, ਪਕੌੜੇ ਸਮੋਸੇ ਜ਼ਿਆਦਾ, ਮਤਲਬ ਹੈ ਤਾਂ ਚਲੋ ਸਾਰੀਆਂ ਚੀਜ਼ਾਂ ਮਤਲਬ ਲੋਟਸ ਆਫ ਕੁਆਂਟਿਟੀ 'ਚ ਬਣਦੀਆਂ। ਮੈਂ ਤੁਹਾਨੂੰ ਦੱਸ ਰਿਹਾ ਨਾ ਵੀ ਜਿਸ ਤਰ੍ਹਾਂ ਕਿ ਮੰਨ ਲਓ ਥੋੜ੍ਹਾ ਜਿਹਾ ਮੌਸਮ ਠੰਡਾ ਹੋ ਜਾਂਦਾ ਵਾ, ਹਾਂਜੀ ਹਾਂਜੀ, ਅਤੇ ਫਿਰ ਜਿਹੜੀ ਗਰਮ ਚੀਜ਼ਾਂ ਬਹੁਤ ਜ਼ਿਆਦਾ ਲੱਗਦੀਆਂ। ਇੱਕ ਸਾਡੇ ਕੋਲ ਫੇਵਰੇਟ ਚੀਜ਼ ਬਣਦੀ ਆ ਦੇਸੀ ਘਿਓ ਲੱਗ ਜਿਹੜਾ ਬੰਦਾ ਗਰਮ ਹਰ ਟਾਈਮ, ਹਾਂਜੀ, ਉਹ ਬਣਦਾ ਵਾ। ਉਹ ਹੁਣ ਗਰਮੀਆਂ 'ਚ ਬੰਦ ਹੋ ਜਾਂਦਾ ਕਿਉਂਕਿ ਜਿਹੜੀ ਗਾਜਰ ਹੈ ਨਾ, ਗਾਜਰ ਜਿਹਨੂੰ ਆਪਾਂ ਰੈੱਡ ਵਾਲੀ ਗਾਜਰ ਕਹਿੰਦੇ ਨਾ, ਬਿਲਕੁਲ ਲਾਲ, ਉਹ ਬੰਦ ਹੋ ਜਾਂਦੀ ਆ। ਹਾਂਜੀ, ਜਦੋਂ ਉਹ ਬੰਦ ਹੋ ਜਾਂਦੀ ਹੈ ਫਿਰ ਸਾਨੂੰ ਉਹ ਗਜੀਲਾ ਬੰਦ ਕਰਨਾ ਪੈਂਦਾ। ਬਿਲਕੁਲ, ਉਹ ਤਾਂ ਸੀਜ਼ਨਲ ਹੀ ਆ ਨਾ। ਹਾਂ, ਸੀਜ਼ਨਲ ਹੀ, ਕਿਉਂਕਿ ਉਹਦਾ ਰੀਅਲ ਟੇਸਟ ਹੈ। ਬਿਲਕੁਲ, ਆਮ ਹੁਣ ਯੈਲੋ ਵਾਲੀ ਗਾਜਰਾਂ ਆ ਰਹੀਆਂ, ਸਾਰੇ ਆ ਰਹੀਆਂ, ਆਲ ਇੰਡੀਆ ਆ ਰਹੀਆਂ, ਪਰ ਇਹਨਾਂ ਦਾ ਕੋਈ ਰੀਅਲ ਟੇਸਟ ਨਹੀਂ ਹੈ। ਬਿਲਕੁਲ ਬਿਲਕੁਲ, ਹਾਂਜੀ, ਉਹਦੇ ਕਰਕੇ ਜੋ ਵੀ ਸਮਾਨ ਆ ਸਭ ਗਾਹਕ ਬਹੁਤ ਚੰਗੀ ਤਰ੍ਹਾਂ ਹਰ ਇੱਕ ਨੂੰ ਪਸੰਦ ਕਰਦਾ। ਮੈਂ ਤੁਹਾਨੂੰ ਦੱਸਦਾ ਨਾ, ਹੁਣ ਕਸਟਮਰ ਆ ਰਹੇ ਆ ਹੋਰ, ਬਸ 15 ਮਿੰਟ ਮੈਨੂੰ ਬਹੁਤ ਜ਼ਿਆਦਾ ਰਸ਼ ਹੋਏ ਨਾ। ਬਿਲਕੁਲ, ਅਤੇ ਗਾਹਕ ਕਸਟਮਰ ਆ ਰਿਹਾ, ਪਹਿਲਾਂ ਨਮਕੀਨ ਖਾਂਦਾ, ਫਿਰ ਇਹਦਾ ਮੂਲ ਕਰ ਦਿੰਦਾ ਵੀ ਮੈਂ ਗੁਲਾਬ ਜਾਮਣ ਖਾਣੇ ਆ, ਠੰਡਾ ਉਹ ਖਾ ਕੇ ਫਿਰ ਠੰਡਾ ਪੀਣਾ, ਮਿਲਕ ਸ਼ੇਕ ਪੀਣਾ, ਕੁਲਫੀ ਖਾਣੀ, ਆਈਸਕ੍ਰੀਮ ਖਾਣੀ, ਮਤਲਬ ਗਾਹਕ ਹਰ ਇੱਕ ਚੀਜ਼। ਫੈਮਿਲੀਸ ਬਹੁਤ ਜ਼ਿਆਦਾ ਹੁੰਦੇ ਆ, ਬਿਲਕੁਲ, ਬੱਚੇ ਨਾਲ ਹੁੰਦੇ ਆ, ਜਿਸ ਤਰ੍ਹਾਂ ਕਿ ਹੈ ਬਾਹਰ ਖੜੇ ਆ। ਬਿਲਕੁਲ, ਹਾਂਜੀ, ਅਤੇ ਉਹ ਆ ਵੇਖ ਰਹੇ ਆ, ਬੱਚੇ ਨੂੰ ਵਿਖਾ ਰਹੇ ਆ ਕਿ ਕੀ ਖਾਣਾ ਵਾ। ਬਿਲਕੁਲ, ਉਸ ਹਿਸਾਬ ਨਾਲ ਉਹ ਹਰ ਇੱਕ ਚੀਜ਼ ਟਰਾਈ ਕਰਦੇ ਆ, ਟੇਸਟ ਕਰਦੇ ਆ। ਬਾਕੀ ਦੋਸਤੋ, ਤੁਹਾਨੂੰ ਇਹ ਗੱਲ ਦੱਸ ਦਈਏ, ਅਸੀਂ ਬਹੁਤ ਅਰਲੀ ਆਏ ਹਾਂ ਇਹਨਾਂ ਦੇ ਕੋਲ, ਅਜੇ ਉਹ ਟਾਈਮ ਨਹੀਂ ਹੈਗਾ, ਮਤਲਬ ਪੂਰਾ ਜਿਹੜਾ ਕਸਟਮਰਸ ਦਾ ਟਾਈਮ ਹੁੰਦਾ, ਇੱਥੇ ਜਗ੍ਹਾ ਵੀ ਕਈ ਇਹਦੀ ਨਹੀਂ ਮਿਲਦੀ ਬਹਿਣ ਨੂੰ, ਸਾਡੇ ਦੇ ਬਾਅਦ ਵੀ ਕਸਟਮਰ ਬੈਠੇ, ਗਰਮੀ ਦੇ ਵਿੱਚ ਸ਼ਾਮ ਨੂੰ ਜ਼ਿਆਦਾ ਕਸਟਮਰ ਹੁੰਦਾ ਵਾ, ਅਤੇ ਆਹ ਤਾਂ ਹੁਣ ਟਾਈਮ ਹੀ ਅਜੇ ਮੋਰਨਿੰਗ ਦਾ ਟਾਈਮ ਹੈ, ਇਹ ਕਰਕੇ ਜ਼ਿਆਦਾ ਮਤਲਬ ਹੈਗਾ ਨਹੀਂ ਹੈਗਾ। ਅਤੇ ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਟਾਈਮ ਦਿੱਤਾ ਸਾਨੂੰ, ਬਹੁਤ ਬਹੁਤ ਧੰਨਵਾਦ।